हेलो फ्रेंड्स दिस इज हरविंदर सिंह एंड वेलकम टू द YouTube चैनल लर्न विद हरविंदर सर ਅੱਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਪੀਐਸਸੀਬੀ ਕਲਾਸ 10th ਇੰਗਲਿਸ਼ ਦੀ ਪੋਇਮ ਰਜ਼ੀਆ ਦਾ ਟਾਈਗਰੈਸ ਇਜ਼ ਦਾ ਸੈਂਟਰਲ ਆਈਡੀਆ ਕੁਐਸਚਨ ਆਨਸਰਸ ਆਬਜੈਕਟਿਵ ਕੁਐਸਚਨਸ ਅਤੇ ਸਟੈਂਜਸ ਫॉर ਕੰਪਰੀਹੈਂਸ਼ਨ ਦੋਸਤੋ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵੀਡੀਓ ਵਿੱਚ ਅਸੀਂ ਇਸ ਚੈਪਟਰ ਦੇ ਕੁਐਸਚਨ ਆਨਸਰਸ ਕੀਤੇ ਹਨ ਪਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਇਸ ਪੋਇਮ ਨੂੰ ਸਮਝਣਾ ਹੈ ਤਾਂ ਅਸੀਂ ਉਸ ਇੱਕ ਅਲੱਗ ਤੋਂ ਵੀਡੀਓ ਬਣਾਈ ਹੈ ਜਿਸ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ ਤੇ ਇਸ ਪੋਇਮ ਦੀ ਪੂਰੀ ਤਰ੍ਹਾਂ ਤਿਆਰੀ ਲਈ ਆਪ ਸਾਰੇ ਵਿਦਿਆਰਥੀ ਉਸ ਵੀਡੀਓ ਨੂੰ ਜ਼ਰੂਰ ਦੇਖੋ ਤੇ ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਨਵੀਆਂ ਵੀਡੀਓਸ ਆਪ ਸਾਰਿਆਂ ਨੂੰ ਸਮੇਂ ਸੇ ਪ੍ਰਾਪਤ ਹੋ ਸਕਣ ਆਓ ਸ਼ੁਰੂ ਕਰਦੇ ਹਾਂ ਤੇ ਕੁਐਸਚਨ ਨੰਬਰ 2 ਤੋਂ ਸ਼ੁਰੂ ਕਰਾਂਗੇ ਰਾਈਟ ਅ ਸਮਰੀ ਆਫ ਦਾ ਪੋਇਮ ਰਜ਼ੀਆ ਦਾ ਟਾਈਗਰਸ ਤੇ ਹੁਣ ਅਸੀਂ ਇਸ ਪੋਇਮ ਦੀ ਸਮਰੀ ਲਿਖਾਂਗੇ ਦਾ ਪੋਇਮ ਅੰਡਰਲਾਈਨਸ ਅ ਗ੍ਰੇਟ ਡੇਂਜਰ ਟੂ ਵਾਈਲਡ ਲਾਈਫ ਬਿਕਾਜ਼ ਆਫ ਪੋਚਿੰਗ ਐਂਡ ਡਿਸਟਰਕਸ਼ਨ ਆਫ ਫੋਰੈਸਟ In the poem a tigress named Razia was fearful about her small cubs her partner Sheru was an expert in hunting animals as long as he was there every animal feared him but when he left Razia was worried about her young cubs and lives under a constant fear of being posed and killed Tey poem sanu dasdi hai ki wildlife nu shikar de karan ate destruction of forests de karan kinna zyada nuksan ho reha hai ਤੇ ਇਸ ਪੋエム ਵਿੱਚ ਇੱਕ ਸ਼ੇਰਨੀ ਹੈ ਰਜ਼ੀਆ ਤੇ ਉਸ ਨੂੰ ਚਿੰਤਾ ਰਹਿੰਦੀ ਹੈ ਆਪਣੇ ਬੱਚਿਆਂ ਦੀ ਤੇ ਉਸ ਦਾ ਪਾਰਟਨਰ ਸ਼ੇਰੂ ਹੰਟਿੰਗ ਐਨੀਮਲਸ ਵਿੱਚ ਸ਼ਿਕਾਰ ਵਿੱਚ ਮਾਹਰ ਸੀ ਤੇ ਜੰਗਲ ਦੇ ਸਾਰੇ ਜਾਨਵਰ ਸ਼ੇਰੂ ਤੋਂ ਡਰਦੇ ਸਨ ਪਰ ਹੁਣ ਜਿਹੜਾ ਸ਼ੇਰੂ ਹੈ ਉਹ ਜਾ ਚੁੱਕਾ ਹੈ ਤੇ ਹੁਣ ਰਜ਼ੀਆ ਨੂੰ ਚਿੰਤਾ ਹੈ ਆਪਣੇ ਬੱਚਿਆਂ ਦੀ ਚਿੰਤਾ ਤੇ ਉਸ ਦੇ ਮਨ ਵਿੱਚ ਹਮੇਸ਼ਾ ਹੀ ਡਰ ਰਹਿੰਦਾ ਹੈ ਕਿਸ ਗੱਲ ਦਾ ਡਰ ਰਹਿੰਦਾ ਹੈ ਕਿ ਉਸ ਦੇ ਬੱਚਿਆਂ ਦਾ ਕੋਈ ਸ਼ਿਕਾਰ ਕਰਕੇ ਉਹਨਾਂ ਨੂੰ ਮਾਰ ਨਾ ਦੇਵੇ ਤੇ ਹੁਣ ਅਸੀਂ ਕਰਾਂਗੇ ਕੁਐਸਚਨ ਨੰਬਰ 3 ਵਾਟ ਇਜ਼ ਦਾ ਥੀਮ ਆਫ ਦਾ ਪੋエム ਰਜ਼ੀਆ ਦਾ ਟਾਈਗਰੈਸ

ਤੇ ਜੋ ਵੀ ਅਸੀਂ ਸਮਰੀ ਵਿੱਚ ਐਕਸਪਲੇਨ ਕੀਤਾ ਤੇ ਉਸ ਤੋਂ ਉਸ ਨਾਲ ਹੀ ਰਿਲੇਟਡ ਹੈ ਸੈਂਟਰਲ ਆਈਡੀਆ ਤੇ ਆਈ ਹੋਪ ਕਿ ਜੇ ਆਪ ਸਾਰਿਆਂ ਨੇ ਸਮਰੀ ਵਾਲਾ ਕੁਐਸਚਨ ਸਮਝ ਲਿਆ ਤੇ ਆਪ ਸਾਰਿਆਂ ਨੂੰ ਸੈਂਟਰਲ ਆਈਡੀਆ ਵੀ ਚੰਗੀ ਤਰ੍ਹਾਂ ਸਮਝ ਆ ਜਾਊਗਾ। ਅਗਲਾ ਕੁਐਸਚਨ ਹੈ ਵਾਈ ਡਸ ਰਜ਼ੀਆ ਦਾ ਟਾਈਗਰੈਸ ਲਿਵ ਅਲੋਨ ਵੀ ਸ਼ੇਰਨੀ ਰਜ਼ੀਆ ਕੱਲੀ ਕਿਉਂ ਰਹਿੰਦੀ ਆ? ਰਜ਼ੀਆ ਦਾ ਟਾਈਗਰੈਸ ਲਿਵਸ ਅਲੋਨ ਬਿਕਾਜ਼ ਹਰ ਪਾਰਟਨਰ ਸ਼ੇਰੂ ਹੈਡ ਲੈਫਟ ਹਰ ਤੇ ਉਹ ਕੱਲੀ ਇਸ ਕਰਕੇ ਰਹਿੰਦੀ ਹੈ ਕਿਉਂਕਿ ਉਸ ਦਾ ਪਾਰਟਨਰ ਸ਼ੇਰੂ ਉਸ ਨੂੰ ਛੱਡ ਕੇ ਜਾ ਚੁੱਕਾ ਹੈ। what was sheru's expertise sheru ki si expertise sheru was good at hunting he also had good knowledge of winds and their directions te sheru shikarvesh bahut changa si te usnu hawaama ate unna di direction de bare vi bahut pata si what happened to sheru ki sheru nu ki hoya after the birth of two cubs sheru left razia and did not come back ki do bachchiyan de janam to baad sheru kithe chala gaya ate wapas mudke nahi aaya ਵਟ ਆਰ ਰਜ਼ੀਆਸ ਫੀਅਰਸ ਕਿ ਰਜ਼ੀਆ ਨੂੰ ਕਿਸ ਚੀਜ਼ ਦਾ ਡਰ ਰਹਿੰਦਾ ਹੈ ਰਜ਼ੀਆ ਹੈਡ ਟੂ ਲਿਟਲ ਕਪਸ ਰਜ਼ੀਆ ਫੀਅਰਡ ਥੈਟ ਹਾਈਨਾਸ ਕੈਨ ਕਮ ਐਂਡ ਕਿਲ ਥੈਮ ਸ਼ੀ ਵਾਸ ਆਲਸੋ ਅਫਰੇਡ ਆਫ ਪੋਚਰਸ ਹੂ ਕੈਨ ਕਮ ਐਂਡ ਹਾਰਮ ਥੈਮ ਤੇ ਰਜ਼ੀਆ ਦੇ ਦੋ ਛੋਟੇ ਬੱਚੇ ਸਨ ਤੇ ਉਸ ਨੂੰ ਇਸ ਗੱਲ ਦਾ ਡਰ ਰਹਿੰਦਾ ਸੀਗਾ ਵੀ ਲੱਕੜ ਬੱਗਾ ਕਿਤੇ ਆ ਕੇ ਉਸ ਦੇ ਬੱਚੇ ਨੂੰ ਨਾ ਮਾਰ ਦੇਵੇ ਤੇ ਉਸ ਨੂੰ ਸ਼ਿਕਾਰੀਆਂ ਤਾਂ ਵੀ ਡਰ ਰਹਿੰਦਾ ਸੀ ਕਿ ਸ਼ਿਕਾਰੀ ਆਪਣੇ ਬੰਦੂਕਾਂ ਲੈ ਕੇ ਉਸ ਦੇ ਬੱਚਿਆਂ ਨੂੰ ਕਿਤੇ ਮਾਰ ਨਾ ਦੇਣ ਨੁਕਸਾਨ ਨਾ ਪਹੁੰਚਾ ਦੇਣ ਅਗਲਾ ਕੁਐਸਚਨ ਹੈ ਐਮਸੀਕਿਊ ਵਟ ਕਾਈਂਡ ਆਫ ਅ ਕਰੀਚਰ ਵਾਸ ਸ਼ੇਰੂ ਤੇ ਆਪਸ਼ਨਸ ਹਨ ਕਾਵਰਡ ਸ਼ਰੂਡ ਹੰਟਰ ਲੇਜੀ ਐਂਡ ਟਿਮਿਡ ਤੇ ਇਸ ਦਾ ਆਨਸਰ ਹੈ ਸ਼ਰੂਡ ਹੰਟਰ ਤੇ ਸ਼ਰੂਡ ਦਾ ਮਤਲਬ ਹੁੰਦਾ ਹੈ ਬਿ ਚਲਾਕ ਸਮਝਦਾਰ ਚੰਗਾ ਡਿਸੀਜਨ ਲੈਣ ਵਾਲਾ ਤੇ ਹੁਣ ਅਸੀਂ ਕਰਾਂਗੇ ਆਬਜੈਕਟਿਵ ਕੁਐਸਚਨਸ ਰਜ਼ੀਆ ਦਾ ਟਾਈਗਰ ਇਸ ਹੈਡ ਡੈਸ਼ ਕੱਪਸ 2 3 4 ਜਾਂ 5 ਤੇ ਇਸ ਦਾ ਆਨਸਰ ਹੈ 2 ਤੇ ਪੋਇਮ ਦੀ ਸੈਕਿੰਡ ਲਾਈਨ ਵਿੱਚ ਲਿਖਿਆ ਹੈ ਹਰ 2 ਕੱਪਸ ਹੈਵਨਟ ਯੈਟ ਬੀਨ ਨੇਮਡ ਅਗਲਾ ਕੁਐਸਚਨ ਹੈ ਸ਼ੇਰੂ ਵਾਸ ਐਨ ਐਕਸਪਰਟ ਆਫ ਹੰਟਿੰਗ ਵਿਂਡਸ ਰੇਸਿੰਗ ਯਾ ਐਮਿੰਗ ਐਟ ਬਰਡਸ ਥੇ ਇਜ਼ ਅਨਸਰ ਐ ਵਿਂਡਸ ਤੇ ਸੈਕਿੰਡ ਸਟੈਂਸ ਆ ਦੀ ਫਰਸਟ ਲਾਈਨ ਹੈ ਸ਼ੇਰੂ ਵਾਸ ਐਨ ਐਕਸਪਰਟ ਔਨ ਵਿਂਡਸ ਅਗਲਾ ਰਜ਼ੀਆ ਵਾਸ ਨੋਟ ਅਫਰੇਡ ਆਫ ਪੋਚਰਸ ਟ्रू ਯਾ ਫਾਲਸ ਥੇ ਆਰ ਫਾਲਸ ਕਿਉਂਕਿ ਰਜ਼ੀਆ ਨੂੰ ਸ਼ਿਕਾਰ ਸ਼ਿਕਾਰੀਆਂ ਤੋਂ ਵੀ ਡਰ ਰਹਿੰਦਾ ਸੀ ਤੇ ਹੁਣ ਅਸੀਂ ਕਰਾਂਗੇ ਸਟੈਂਜਸ ਫॉर ਕੰਪਰੀਹੈਂਸ਼ਨ ਦਾ ਟਾਈਗਰੈਸ ਰਜ਼ੀਆ ਲਿਵਸ ਅਲੋਨ ਹਰ ਟੂ ਕੱਬਸ ਹੈਵਨਟ yet been named ਸ਼ੇਰੂ ਬੇਰਲੀ ਪਲੇਡ ਵਿਦ them ਐਂਡ ਨਾਓ ਹੀਜ਼ ਗੋਨ ਓ ਵਾਟ ਅ ਸ਼ੇਮ ਤੇ ਕੁਐਸਚਨ ਹੈ ਨੇਮ ਦਾ ਪੋਇਮ ਐਂਡ ਦਾ ਪੋਇਟ ਦਾ ਨੇਮ ਆਫ ਦਾ ਪੋਇਮ ਇਜ਼ ਰਜ਼ੀਆ ਦਾ ਟਾਈਗਰੈਸ ਦਾ ਨੇਮ ਆਫ ਦਾ ਪੋਇਟ ਇਜ਼ ਕੇਕੇ ਐਂਡ ਦਾਰੂਵਾਲਾ ਅਗਲਾ ਕੁਐਸਚਨ ਹੈ ਹੂ ਵਰ ਰਜ਼ੀਆ ਐਂਡ ਸ਼ੇਰੂ ðis ਇਜ਼ ਦਾ ਅਨਸਰ ਰਜ਼ੀਆ ਵਾਜ਼ ਅ ਫੀਮੇਲ ਟਾਈਗਰ ਐਂਡ ਸ਼ੇਰੂ ਵਾਜ਼ ਅ ਮੇਲ ਟਾਈਗਰ ਵਾਟ ਹੈਡ ਸ਼ੇਰੂ ਡਨ ਕਿ ਸ਼ੇਰੂ ਨੇ ਕੀ ਕੀਤਾ ਸ਼ੇਰੂ ਹੈਡ ਲੇਫਟ कि दो ਬੱਚਿਆਂ ਦੇ ਜਨਮ ਜਨਮ ਤੋਂ ਬਾਅਦ ਸ਼ੇਰੂ ਰਜ਼ੀਆ ਨੂੰ ਛੱਡ ਕੇ ਚਲਾ ਗਿਆ ਨੈਕਸਟ ਅੰਸਰ ਸ਼ੇਰੂ ਵਾਸ ਐਨ ਐਕਸਪਰਟ ਔਨ ਵਿੰਡਸ ਨੂ ਹਾਉ ਦੇ ਟ੍ਰੈਵਰਸ ਡੇਲ ਐਂਡ ਹਿੱਲ ਐਂਡ ਵੇਅਰ ਦੇ ਪੁਟ ਅਪ ਫਾਰ ði ਨਾਈਟ ਵੈਨ ਨੋ ਲੀਫਸ ਟਰਡ ਐਂਡ 올 ਵਾਸ ਸਟਿਲ ਕੁਐਸਚਨ ਹੈ ਹੂ ਵਾਸ ਸ਼ੇਰੂ ਸ਼ੇਰੂ ਵਾਸ ਅ ਮੇਲ ਟਾਈਗਰ ਵਟ ਸਪੈਸ਼ਲ ਨੋਲੇਜ ði ਹੈ ਹੀ ਵਾਸ ਐਨ ਐਕਸਪਰਟ ਇਨ ði ਨੋਲੇਜ ਔਫ ਵਿੰਡਸ ਐਂਡ ðiਅਰ ਡਾਇਰੈਕਸ਼ਨਸ ਵਿਸ਼ੇਰੂ ਨੂੰ ਹਵਾਵਾਂ ਤੇ ਉਹਨਾਂ ਦੇ ਡਾਇਰੈਕਸ਼ਨਸ ਦੇ ਬਾਰੇ ਪਤਾ ਸੀ ਵਾਟ ਡਸ ਦਾ ਵਰਡ ਦੇ ਹੇਅਰ ਰੈਫਰਸ ਟੂ ਤੇ ਦੇ ਕਿਸ ਲਈ ਯੂਜ਼ ਕੀਤਾ ਗਿਆ ਦਾ ਵਰਡ ਦੇ ਹੇਅਰ ਰੈਫਰਸ ਟੂ ਵਿੰਡਸ ਤੇ ਹਵਾਵਾਂ ਲਈ ਵਿੰਡਸ ਲਈ ਦੇ ਵਰਡ ਯੂਜ਼ ਕੀਤਾ ਗਿਆ ਹੈ